ਸੱਜਣ ਪਿਆਰਿਓ ਅਤੇ ਮਾਂ ਦੇ ਦਿਲਾਰਿਓ, ਹਰ ਵਾਰ ਦੀ ਤਰ੍ਹਾਂ ਅੱਜ ਫਿਰ ਲੈ ਕੇ ਹਾਜ਼ਰ ਹਾਂ ਇੱਕ ਹੋਰ ਰੁੱਖ, ਜਿਹੜਾ ਬੜਾ ਵਿਸ਼ਾਲ ਰੁੱਖ ਹੈ ਅਤੇ ਜਿਹਨੂੰ ਸਾਡੇ ਲੋਕ ਦਰਵੇਸ਼ਾਂ ਦੀ ਤਰ੍ਹਾਂ ਮੰਨਦੇ ਨੇ, ਦਰਵੇਸ਼ ਰੁੱਖ ਮੰਨਿਆ ਜਾਂਦਾ, ਅਤੇ ਜਿਹਦਾ ਜ਼ਿਕਰ ਜਦੋਂ ਸਾਡੇ ਸੱਭਿਆਚਾਰ ਸਾਹਿਤ ਸੱਭਿਆਚਾਰ 'ਚ ਆਉਂਦਾ ਤਾਂ ਉੱਥੇ ਵੀ ਇਹਨੂੰ ਰੱਬ ਦਾ ਰੂਪ ਮੰਨਿਆ ਜਾਂਦਾ। ਤਾਂ ਮੇਰੀ ਮੁਰਾਦ ਹੈ, ਮੇਰਾ ਕਹਿਣ ਤੋਂ ਭਾਵ ਹੈ, ਬਰੋਟੇ ਦਾ ਰੁੱਖ, ਬੋੜ ਦਾ ਰੁੱਖ, ਜਿਹਦੇ ਬਾਰੇ ਸਾਡੇ ਸੱਭਿਆਚਾਰ 'ਚ ਜ਼ਿਕਰ ਆਉਂਦਾ, ਜਿਵੇਂ ਕਿ ਹੇਠ ਬਰੋਟੇ ਦੇ ਮੈਨੂੰ ਰੱਬ ਦੇ ਦਰਸ਼ਨ ਹੋਏ, ਮਾਂ ਬੋੜ ਦੀ ਛਾਂ ਅਤੇ ਰੱਬ ਦਾ ਨਾਂ, ਤਿੰਨੇ ਤੇਰਾ ਇੱਕੋ ਜਿਹੀਆਂ। ਸੋ ਦੋਸਤੋ, ਇਹ ਜਿਹੜਾ ਬੋੜ ਦਾ ਵਿਸ਼ਾਲ ਰੁੱਖ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਇਹ ਸਾਡੇ ਸਾਹਿਤ ਸੱਭਿਆਚਾਰ, ਸਾਡੇ ਇਤਿਹਾਸ ਮਿਥਿਹਾਸ, ਸਾਡੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਬੜੇ ਹੀ ਜਿਹੜੇ ਹੈਗੇ ਸਦੀਆਂ ਤੋਂ ਸਾਡੇ ਨਾਲ ਬੜੇ ਹੀ ਪੱਖਾਂ ਤੋਂ ਜੁੜਿਆ ਹੋਇਆ ਹੈ, ਜਿਹਦੇ ਬਾਰੇ ਆਪਾਂ ਅੱਜ ਵਿਸਥਾਰ 'ਚ ਗੱਲ ਕਰਾਂਗੇ। ਤਾਂ ਜਿੱਦਾਂ ਮੈਂ ਗੱਲ ਕੀਤੀ ਸੀ ਕਿ ਬੋੜ ਜਾਂ ਬਰੋਟਾ ਅਸੀਂ ਪੰਜਾਬੀ ਲੋਕ ਕਹਿੰਦੇ ਹਾਂ, ਪਰ ਜਦੋਂ ਅਸੀਂ ਇਹਨੂੰ ਭਾਰਤ ਪੱਧਰ 'ਤੇ ਦੇਖਦੇ ਹਾਂ ਜਾਂ ਵਿਸ਼ਵ ਪੱਧਰ 'ਤੇ ਦੇਖਦੇ ਹਾਂ ਤਾਂ ਇਸ ਰੁੱਖ ਨੂੰ ਬੋੜ ਬਰੋਟੇ ਤੋਂ ਬਿਨਾਂ ਬਰਗਦ ਕਿਹਾ ਜਾਂਦਾ, ਵੱਟ ਕਿਹਾ ਜਾਂਦਾ, ਵੱਟ ਕਿਹਾ ਜਾਂਦਾ, ਕਲਪ ਵਰਿਕਸ਼ ਕਿਹਾ ਜਾਂਦਾ, ਅਤੇ ਇੱਕ ਹੋਰ ਜਿਹੜਾ ਨਾਂ ਹੈਗਾ ਜਿਹੜਾ ਗੋਰਿਆਂ ਨੇ ਜਾਂ ਹੋਰ ਸਾਡੇ ਵਿਦੇਸ਼ਾਂ ਦੇ ਵਿੱਚ ਇਹਨੂੰ ਐਜ਼ ਬਨੀਅਨ ਟ੍ਰੀ ਮਸ਼ਹੂਰ ਹੈ। ਅਤੇ ਬਨੀਅਨ ਟ੍ਰੀ ਦੇ ਪਿੱਛੇ ਜਿਹੜੀ ਇੱਕ ਖਾਸ ਇੱਕ ਕਹਾਣੀ, ਖਾਸ ਜਿਹੜੀ ਹੈਗੀ ਆ ਨੁਕਤਾ ਕੀ ਆ, ਦਰਅਸਲ ਗੁਜਰਾਤੀ ਭਾਸ਼ਾ ਦੇ ਵਿੱਚ ਬਨੀਅਨ ਤੋਂ ਭਾਵ ਵਪਾਰੀ ਹੁੰਦਾ, ਅਤੇ ਸਾਡੇ ਜਿਹੜੇ ਲੋਕ ਜਦੋਂ ਜਿਹੜੇ ਸਾਡੇ ਆਵਾਜਾਈ ਦੇ ਸਾਧਨ ਬਹੁਤ ਜ਼ਿਆਦਾ ਮਸ਼ਹੂਰ ਨਹੀਂ ਹੋਏ ਸੀ, ਉਹਨਾਂ ਦੀ ਅਵੇਲੇਬਿਲਟੀ ਸਾਡੇ ਕੋਲ ਬਹੁਤ ਜ਼ਿਆਦਾ ਨਹੀਂ ਸੀ, ਤਾਂ ਸਾਡੇ ਲੋਕ ਜਿਹੜੇ ਖਾਸ ਕਰਕੇ ਜਿਹੜਾ ਬਾਣੀਆਂ ਵਰਗ ਜਦੋਂ ਖਾੜੀ ਦੇਸ਼ਾਂ ਦੇ ਵਿੱਚ ਵਪਾਰ ਕਰਨ ਲਈ ਜਾਂਦਾ ਸੀ, ਉਹਨਾਂ ਨੂੰ ਮਹੀਨੇ ਸਾਲ ਲੱਗ ਜਾਂਦੇ ਸੀ ਆਉਣ ਜਾਣ 'ਤੇ, ਅਤੇ ਉਹ ਰਸਤੇ ਦੇ ਵਿੱਚ ਜਿਹੜੀ ਆਪਣੀ ਠਹਿਰ ਬਣਾਉਂਦੇ ਸੀ, ਜਿੱਥੇ ਆਪਣਾ ਉਹ ਖਾਣ ਪਾਣੀ ਕਰਦੇ ਸੀ, ਆਰਾਮ ਕਰਦੇ ਸੀ, ਉਹ ਜ਼ਿਆਦਾਤਰ ਬੋੜ ਦੇ ਰੁੱਖ ਨੂੰ ਚੂਜ਼ ਕੀਤਾ ਜਾਂਦਾ ਸੀ, ਕਿਉਂਕਿ ਵਿਸ਼ਾਲ ਰੁੱਖ ਸੀ, ਇਹਦੇ ਥੱਲੇ ਇੱਕ ਤਰ੍ਹਾਂ ਦੀ ਉੱਤੇ ਛੱਤ ਵਾਲਾ ਕੰਮ ਵੀ ਕਰਦਾ ਸੀਗਾ। ਤਾਂ ਉਹ ਜਿੱਥੇ ਫਿਰ ਉਹ ਕੁਛ ਦਿਨਾਂ ਲਈ ਇਹ ਠਹਿਰਦੇ ਸੀ, ਤਾਂ ਉੱਥੇ ਉਹ ਆਪਣਾ ਜਿਹੜਾ ਰਹਿਣ ਸਹਿਣ ਤਾਂ ਕਰਦੇ ਸੀ, ਨਾਲ ਨਾਲ ਜਿਹੜਾ ਉੱਥੇ ਉਹ ਜਿਹੜੀ ਆਪਣਾ ਇੱਕ ਛੋਟਾ ਜਿਹਾ ਮੰਦਰ ਵੀ ਬਣਾ ਲੈਂਦੇ ਸੀ। ਤਾਂ ਉਹ ਵਪਾਰ ਨਾਲ ਜੁੜਿਆ ਹੋਣ ਕਰਕੇ, ਬਾਣੀਆਂ ਕਮਿਊਨਿਟੀ ਨਾਲ ਜੁੜਿਆ ਹੋਣ ਕਰਕੇ, ਤਾਂ ਗੋਰਿਆਂ ਨੇ ਇਹਨੂੰ ਬਨੀਅਨ ਟ੍ਰੀ ਦਾ ਨਾਂ ਦਿੱਤਾ। ਸੋ ਮੋਟੇ ਤੌਰ 'ਤੇ ਜਿਹੜਾ ਇਹ ਬੋੜ ਦਾ ਵਿਸ਼ਾਲ ਰੁੱਖ ਹੈ, ਇਹ ਸਾਡੇ ਜਿੱਦਾਂ ਇਕੱਲਾ ਪੰਜਾਬ ਤੱਕ ਸੀਮਤ ਨਹੀਂ ਹੋ ਕੇ, ਪੂਰੇ ਵਿਸ਼ਵ ਦੇ ਵਿੱਚ ਆਪਣੀਆਂ ਜਿਹੜੀਆਂ ਖਾਸ ਜਿਹੜੇ ਇਹਦੇ ਵਿੱਚ ਚੀਜ਼ਾਂ ਨੇ, ਖਾਸ ਗੁਣ ਨੇ, ਉਹਨਾਂ ਕਰਕੇ ਜਾਣਿਆ ਜਾਂਦਾ। ਜਦੋਂ ਅਸੀਂ ਮਿਥਿਹਾਸ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਹਿੰਦੂ ਮਿਥਿਹਾਸ ਦੇ ਵਿੱਚ ਇਸ ਬੋੜ ਦੇ ਰੁੱਖ ਦੀ, ਬਰੋਟੇ ਦੀ ਬਹੁਤ ਜ਼ਿਆਦਾ ਮਹਾਨਤਾ ਹੈਗੀ ਆ। ਇਹਦੇ ਪਿੱਛੇ ਜਦੋਂ ਹਿੰਦੂ ਧਰਮ ਦੇ ਅਸੀਂ ਮਿਥਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਤਾਂ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਇੱਕ ਵਾਰ ਜਿਹੜੀ ਹੈਗੀ ਆ ਧਰਤੀ 'ਤੇ ਇੰਨਾ ਜ਼ਿਆਦਾ ਹੜ੍ਹ ਆਇਆ ਕਿ ਧਰਤੀ ਜਿਹੜੀ ਹੈਗੀ ਆ ਇਹ ਪਾਣੀ ਦੇ ਵਿੱਚ ਡੁੱਬ ਗਈ, ਪੂਰੀ ਤਰ੍ਹਾਂ ਡੁੱਬ ਗਈ। ਅਤੇ ਉਸ ਤੋਂ ਬਾਅਦ ਹੋਇਆ ਕੀ ਕਿ ਜਿਹੜੇ ਫਿਰ ਕੌਤਕ ਹੋਇਆ ਕਿ ਉੱਥੇ ਇੱਕ ਜਿਹੜਾ ਪੱਤਾ ਸੀ ਉਹਦੇ ਉੱਪਰ ਭਗਵਾਨ ਜਿਹੜੇ ਵਿਸ਼ਨੂੰ ਸੀ ਉਹ ਬੱਚੇ ਦੇ ਰੂਪ ਵਿੱਚ, ਸ਼ਿਸ਼ੂ ਦੇ ਰੂਪ ਵਿੱਚ ਤਰ ਰਹੇ ਸੀ। ਤਾਂ ਉਹ ਜਿਹੜਾ ਪੱਤਾ ਸੀ ਉਹ ਬੋੜ ਦਾ ਪੱਤਾ ਸੀ ਜਿਹਦੇ 'ਤੇ ਭਗਵਾਨ ਜਿਹੜੇ ਵਿਸ਼ਨੂੰ ਸੀਗੇ ਉਹ ਤਰ ਰਹੇ ਸੀਗੇ, ਆਪਣਾ ਅੰਗੂਠਾ ਚੂਸ ਰਹੇ ਸੀ। ਅਤੇ ਫਿਰ ਕਹਿੰਦੇ ਆ ਕਿ ਵੀ ਉਸ ਬਾਲਕ ਦੀ ਜਿਹੜੀ ਨਾਭੀ ਸੀ ਉਹਦੇ ਵਿੱਚੋਂ ਕਮਲ ਦਾ ਜਿਹੜਾ ਫੁੱਲ ਹੈਗਾ ਉਹ ਨਿਕਲਿਆ,
ਤੇ ਕਮਲ ਦੇ ਫੁੱਲ ਦੇ ਵਿੱਚ ਜਿਹੜਾ ਤੇ ਜਿਹੜੇ ਭਗਵਾਨ ਜਿਹੜੇ ਸੀਗੇ ਬ੍ਰਹਮਾ ਜੀ ਉਹ ਵਿਰਾਜਮਾਨ ਸੀ ਤੇ ਉਹਨਾਂ ਨੇ ਫਿਰ ਦੁਆਰ ਤੋਂ ਇਸ ਜਿਹੜੇ ਹੈਗੇ ਸੰਸਾਰ ਦੀ ਰਚਨਾ ਕੀਤੀ ਤੇ ਇਸ ਇਤਿਹਾਸਿਕ ਕਹਾਣੀ ਕਰਕੇ ਜਿਹੜਾ ਵੀ ਸੰਸਾਰ ਦੀ ਰਚਨਾ ਜਿਹੜੀ ਜੜ ਹੈ ਜਿਹੜੇ ਜਿਸ ਰੁੱਖ ਦੇ ਪੱਤੇ 'ਤੇ ਜਿਹੜੇ ਭਗਵਾਨ ਵਿਸ਼ਨੂੰ ਬੈਠੇ ਹੋਏ ਸਨ ਤਾਂ ਉਹ ਬਹੁਤ ਜ਼ਿਆਦਾ ਮਹਾਨਤਾ ਮੰਨੀ ਜਾਂਦੀ ਆ। ਇਸ ਤੋਂ ਬਾਅਦ ਇੱਕ ਹੋਰ ਜਿਹੜਾ ਜ਼ਿਕਰ ਆਉਂਦਾ ਕਿ ਜਿਹੜੀ ਸਵਿਤਰੀ ਦੇਵੀ ਸੀ ਉਹਨੇ ਆਪਣੇ ਜਿਹੜੇ ਪਤੀ ਸੱਤਿਆਵਾਨ ਦੀ ਜਿਹੜੇ ਪ੍ਰਾਣ ਸੀ ਯਮਰਾਜ ਤੋਂ ਵਾਪਸ ਲਏ ਤਾਂ ਉਹ ਵੀ ਇਸ ਰੁੱਖ ਦੇ ਜਿਹੜੇ ਥੱਲੇ ਬੋਹੜ ਦੇ ਰੁੱਖ ਥੱਲੇ ਵਾਪਸ ਲਏ। ਇਹਦਾ ਜਿਹੜਾ ਤਨਾ ਉਹ ਵਿਸ਼ਨੂੰ ਭਗਵਾਨ ਨਾਲ ਜੋੜਿਆ ਜਾਂਦਾ, ਉਹਦਾ ਪ੍ਰਤੀਕ ਮੰਨਿਆ ਜਾਂਦਾ, ਟਾਹਣੀਆਂ ਨੇ ਸ਼ਖਾਵਾਂ ਨੇ ਉਹਨੂੰ ਸ਼ਿਵ ਭਗਵਾਨ ਨਾਲ ਜੋੜਿਆ ਜਾਂਦਾ ਅਤੇ ਇਹਦੀਆਂ ਜਿਹੜੀਆਂ ਜੜ੍ਹਾਂ ਨੇ ਉਹਨੂੰ ਬ੍ਰਹਮਾ ਨਾਲ ਜੋੜਿਆ ਜਾਂਦਾ। ਸੋ ਕਹਿਣ ਦਾ ਭਾਵ ਕੁੱਲ ਮਿਲਾ ਕੇ ਜਿਹੜੀ ਇਸ ਰੁੱਖ ਦੀ ਜਿਹੜੀ ਹੈਗੀ ਆ ਸਾਂਝ ਸਾਡੇ ਧਰਮਾਂ ਨਾਲ ਵੀ ਆ, ਸਾਡੇ ਨਾਲ ਇਹ ਰੁੱਖ ਸਦੀਆਂ ਤੋਂ ਜੁੜਿਆ ਹੋਇਆ ਅਤੇ ਹਿੰਦੂ ਧਰਮ ਦੇ ਵਿੱਚ ਇਹਦਾ ਬਹੁਤ ਹੀ ਜ਼ਿਆਦਾ ਜਿਹੜਾ ਅਹਿਮ ਜਿਹੜਾ ਰੋਲ ਆ, ਮਹੱਤਵ ਆ, ਜਿਹਦੇ ਕਰਕੇ ਇਸ ਰੁੱਖ ਨੂੰ ਸਾਡੇ ਲੋਕ ਕੱਟਣਾ ਵੀ ਪਸੰਦ ਨਹੀਂ ਕਰਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਭਗਤ ਕਬੀਰ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਬੜਾ ਕਲੀਅਰਲੀ ਉਹਨਾਂ ਨੇ ਲਿਖਿਆ, ਬਟਕ ਬੀਜ ਮੈਂ ਰਵ ਰਹੇ ਹੋ ਜਾ ਕੋ ਤੀਨ ਲੋਕ ਵਿਸਤਾਰ। ਸੋ ਇਹਦੀ ਇਸ ਰੁੱਖ ਦੀ ਮਹਾਨਤਾ ਜਿਹੜੀ ਹੈਗੀ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਇਸ ਬੋੜ ਦੇ ਰੁੱਖ ਦਾ ਜ਼ਿਕਰ ਆ, ਜਿੱਥੇ ਬੋੜ ਨੂੰ ਜਾਂ ਬਰੋਟੇ ਨੂੰ ਭਗਤ ਕਬੀਰ ਜੀ ਨੇ ਬਟਕ ਦੇ ਤੌਰ 'ਤੇ ਨਾਂ ਦਿੱਤਾ। ਔਰ ਸਿੱਖ ਧਰਮ ਦੇ ਵਿੱਚ ਜਦੋਂ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ ਹਾਂ ਤਾਂ ਗੁਰੂ ਤੇਗ ਬਹਾਦਰ ਜੀ ਜਦੋਂ ਪਟਿਆਲੇ ਜਿਹੜਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਤਾਂ ਉਹ ਉੱਥੇ ਕਿਸੇ ਸਮੇਂ ਜਿਹੜਾ ਕੁਦਰਤੀ ਰੂਪ ਦੇ ਵਿੱਚ ਤਲਾਅ ਸੀ ਤਾਂ ਉਹਦੇ ਕੰਢੇ ਇੱਕ ਬੋੜ ਦਾ ਰੁੱਖ ਲੱਗਿਆ ਹੋਇਆ ਸੀ ਜਿਹੜਾ ਕਿ ਹੁਣ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਮੈਂ ਕਹੂੰਗਾ ਕਿ ਉਹ ਸਾਡੇ ਕਾਰ ਸੇਵਾ ਦੇ ਜਿਹੜਾ ਭੇਂਟ ਚੜ੍ਹ ਗਿਆ ਅਤੇ ਉਹਨੂੰ ਉਹ ਅੱਜ ਕੱਲ੍ਹ ਮੌਜੂਦ ਨਹੀਂ ਹੈ। ਸੋ ਇਹ ਜਿਹੜਾ ਬੋੜ ਦਾ ਰੁੱਖ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਕਰਕੇ ਵੀ ਜੁੜਿਆ ਹੋਇਆ। ਇਸ ਤੋਂ ਬਾਅਦ ਕੀਰਤਪੁਰ ਸਾਹਿਬ ਦੇ ਕੋਲ ਜਿਹੜਾ ਪਿੰਡ ਪੰਘੋਲਾ ਉਹਦੇ ਵਿੱਚ ਵੀ ਜਿਹੜਾ ਹੈਗਾ ਸ਼੍ਰੀ ਗੁਰੂ ਹਰਰਾਏ ਸਾਹਿਬ ਨਾਲ ਸੰਬੰਧਿਤ ਜਿਹੜਾ ਬਰੋਟਾ ਸਾਹਿਬ ਦਾ ਜ਼ਿਕਰ ਜਿਹੜਾ ਹੈਗਾ ਸਿੱਖ ਇਤਿਹਾਸ ਦੇ ਪੰਨਿਆਂ 'ਚ ਆਉਂਦਾ। ਉਸ ਤੋਂ ਬਾਅਦ ਜਿਹੜਾ ਹੈਗਾ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਲੱਲ ਦੇ ਵਿੱਚ ਬਰੋਟਾ ਸਾਹਿਬ ਦਾ ਜ਼ਿਕਰ ਆਉਂਦਾ ਅਤੇ ਤੀਸਰੇ ਨੰਬਰ 'ਤੇ ਜਿਹੜਾ ਇੱਕ ਸ਼੍ਰੀ ਬੋੜ ਸਾਹਿਬ ਹੈਗਾ ਡੁੱਗਰੀ ਕੋਟਲੀ ਪਿੰਡ ਜਿਹੜਾ ਹੈਗਾ ਜ਼ਿਲ੍ਹਾ ਰੋਪੜ ਦੇ ਵਿੱਚ ਜ਼ਿਕਰ ਆਉਂਦਾ ਹੈਗਾ ਅਤੇ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ। ਕਹਿਣ ਤੋਂ ਭਾਵ ਜਿਹੜਾ ਇਹ ਵਿਸ਼ਾਲ ਰੁੱਖ ਹੈ ਇਹ ਸਾਡੇ ਵੱਖ ਵੱਖ ਗੁਰੂ ਸਾਹਿਬ ਨਾਲ ਵੀ ਜੁੜਿਆ ਹੋਇਆ ਅਤੇ ਸਾਡੇ ਸ਼੍ਰੀ ਗੁਰੂ ਜਿਹੜਾ ਸ਼ਬਦ ਗੁਰੂ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਵਿੱਚ ਵੀ ਇਹਦਾ ਜ਼ਿਕਰ ਦਰਜ ਹੈ। ਸੋ ਇਹ ਰੁੱਖ ਸਾਡੇ ਸਿੱਖ ਕਮਿਊਨਿਟੀ ਨਾਲ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਆ ਸਾਂਝ ਰੱਖਦਾ ਗੂੜੀ ਤਰ੍ਹਾਂ। ਸ੍ਰੀ ਬੜੇ ਸੱਜਣਾਂ ਦੇ ਦਿਮਾਗ 'ਚ ਇਹ ਸਵਾਲ ਆਉਂਦਾ ਹੁੰਦਾ ਕਿ ਬੋੜ ਦੇ ਵਿਸ਼ਾਲ ਰੁੱਖ ਬੜੇ ਇਹਨਾਂ ਦੀ ਉਮਰ ਬਹੁਤ ਲੰਬੀ ਹੁੰਦੀ ਆ, ਪੰਜਾਬ 'ਚ ਇੰਡੀਆ 'ਚ ਜਾਂ ਕਿਹੜੇ ਵੀ ਹੋਰ ਸਥਾਨਾਂ 'ਤੇ ਪੁਰਾਣੇ ਰੁੱਖ ਕਿੱਥੇ ਖੜ੍ਹੇ ਹੋਏ।